ਮੇਰੇ ਗੱਲ ਬਾਤ ਕੋਈ ਨਹੀਂ। ਰਾਤ 9 ਵਜੇ ਆਇਆ, ਕਿਸੇ ਦੇ ਨਾਲ ਨਸ਼ਾ ਲੈਣ ਗਿਆ ਚੱਲੇ। ਬਸ ਉੱਥੇ ਇਹਨਾਂ ਨੇ ਟੀਕੇ ਦੋ ਜਣੇ ਨੇ ਲਾਏ ਆ, ਉਹ ਇਹਨੂੰ ਮਾਰ ਕੇ ਸਿੱਟ ਗਿਆ ਤੇ ਆਪ ਪਾਸੇ ਹੋ ਗਏ। ਕੌਣ ਸੀ ਉਹ? ਉਹ ਇੱਥੋਂ ਦਾ ਮੁੰਡਾ, ਪਿੰਡ ਦਾ ਪਰਵਾਲਾ। ਤੁਸੀਂ ਇਸ ਸੰਬੰਧੀ ਕੋਈ ਉੱਥੇ ਦਰਖਾਸਤ ਦਿੱਤੀ? ਨਹੀਂ ਵੀਰ ਜੀ, ਸਾਡੀ ਇੰਨੀ ਗੁਜਾਇਸ਼ ਨਹੀਂ ਆਈ। ਮੰਗ ਵੀਰੇ ਇਹ ਕਰਦੇ ਵੀ ਬੱਚੇ ਮੇਰੇ ਪਾਲਣ ਵਾਸਤੇ ਕੋਈ ਮਾੜੀ ਮੋਟੀ ਸਹੂਲਤ ਨਹੀਂ ਦਿਓ। ਪਿੱਛੇ ਕੋਈ ਕਮਾਈ ਕਰਨ ਵਾਲਾ ਕੋਈ ਨਹੀਂ ਆਇਆ। ਕਿੰਨੇ ਸਾਲ ਦੇ ਕਿੰਨੇ ਬੱਚੇ ਨੇ ਤੁਹਾਡੇ? ਬੱਚੇ ਮੇਰੇ ਦੋ ਗੁੱਡੀਆਂ, ਤਿੰਨਾਂ ਦਾ ਸਾਰਾ ਨਹੀਂ ਦੀਦੀ ਹੈ, ਕਿਉਂ ਪੰਜਾਂ ਵਾਲਿਆਂ ਦਾ ਮੰਗਾ। ਇਹ ਕਦੇ ਉਹ ਵੱਡੀ ਆਵੇ, ਉਹ ਕਰਦਾ ਤੇ ਖਲੋਤੀ ਨਾਲ ਉਹ। ਹਾਂਜੀ, ਕੀ ਨਾਂ ਜੀ ਤੁਹਾਡਾ? ਮੇਰਾ ਨਾਂ ਗੁਰਸਾਹਿਬ ਸਿੰਘ ਜੀ, ਮੈਂ ਬਰਵਾਲੇ ਪਿੰਡ ਦਾ ਸਾਬਕਾ ਸਰਪੰਚ ਹਾਂ। ਤੇ ਕੀ ਘਟਨਾ ਹੋਈ ਜਿਹੜੀ ਇਹ ਇੱਕ ਨੌਜਵਾਨ ਦੀ ਸੁਣਚਾਇਆ ਕਿ ਡੈਥ ਹੋ ਗਈ ਹੈ, ਕਿਸ ਤਰ੍ਹਾਂ ਹੋਈ? ਘਟਨਾ ਜੀ, ਮੇਰੇ ਨਾਲ ਹੀ ਇਹ ਬੰਦਾ ਕੰਮ ਕਰਦਾ, ਮੇਰਾ ਸੀਰੀ ਤੇ ਸਵੇਰ ਤੋਂ ਸ਼ਾਮਾਂ ਸੀਤ ਕੰਮ ਕਰਦਾ ਵਾ। ਸ਼ਾਮੀ ਜਿਸ ਤਰ੍ਹਾਂ ਫਰਜ ਕਰ 2 ਮਿੰਟ ਰੋਟੀ ਡਾਟੀ ਦਾ ਟਾਈਮ ਹੁੰਦਾ, 2 ਮਿੰਟ ਦੇ ਵਿੱਚ ਹੀ ਗਿਆ ਵਾ ਕਿਸੇ ਬੰਦੇ ਦੇ ਨਾਲ, ਪਿੰਡੋ ਮੁੰਡੇ ਦੇ ਨਾਲ ਵੇਖ ਕੇ ਗਿਆ ਵਾ ਤੇ 2 ਮਿੰਟਾਂ ਦੇ ਵਿੱਚ ਹੀ ਲਿਆ ਸਮਾਨ ਤੇ ਲੈ ਕੇ ਟੀਕਾ ਲਾ ਲਿਆ ਤੇ 2 ਮਿੰਟਾਂ ਦੇ ਵਿੱਚ ਡੈਥ ਹੋ ਗਈ ਆ। ਹੱਥਾਂ ਦੇ ਵਿੱਚ ਹੀ ਸਾਡੇ ਵੇਹਦੇ। ਇਸ ਸੰਬੰਧੀ ਕੋਈ ਥਾਣੇ ਦਰਖਾਸਤ ਦਿੱਤੀ ਹੈ ਜੀ? ਥਾਣੇ ਦਰਖਾਸਤ ਦਿੱਤੀ ਤੇ ਦੂਜਾ ਪਤਾ ਲੱਗ ਹੀ ਗਿਆ ਵਾ, CID ਵਾਲਾ ਤਾਂ ਆਇਆ ਸੀ, ਮੀਡੀਆ ਰਾਹੀਂ ਪਤਾ ਲੱਗ ਹੀ ਜਾਂਦਾ ਵਾ ਵੀ ਆਹ ਕੁਛ ਹੋਇਆ। ਉਸ ਤਰ੍ਹਾਂ ਦਰਖਾਸਤ, ਹੁਣ ਮਹਾਤੜ ਬੰਦੇ ਵਿਚਾਰੇ ਸੰਸਕਾਰ ਕਰਨਗੇ ਜਾਂ ਕਿਸ ਤਰ੍ਹਾਂ ਅਗਾਂਹ ਦੀ ਗਾਂ ਪੋਸਟਮਾਰਟਮ ਰਿਪੋਰਟਾਂ ਤੋਂ ਨਹੀਂ ਗਏ, ਨਹੀਂ ਜੋਗੇ ਗੇ। ਤੁਸੀਂ ਪ੍ਰਸ਼ਾਸਨ ਤੋਂ ਤੇ ਸਰਕਾਰ ਤੋਂ ਕੀ ਮੰਗ ਕਰਦੇ ਹੋ? ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਵੀ ਕੈਪਟਨ ਸਾਹਿਬ ਆਖੀ ਜਾਂਦੇ ਲੱਕ ਤੋੜਤਾ, ਮੈਂ ਲੱਤ ਤੋੜਦੀ ਆ, ਉਹ ਕਰਤਾ ਆਹ ਕਰਤਾ ਵਾ, ਕੁਛ ਨਹੀਂ ਹੋਇਆ। ਇੱਥੇ ਆ ਗਰਾਊਂਡ ਜੂਜ ਤਾਂ ਵੇਖ ਲਓ, ਉਹਨੇ ਪਰਿਵਾਰ ਵੇਖ ਲਓ ਕੀ ਹਾਲ ਉਹਨਾਂ ਪਰਿਵਾਰ ਦਾ ਵਾ। ਆਹ ਬਾਪ ਬੈਠਾ ਇਹਨਾਂ ਦਾ, ਬਾਪ ਦਾ ਕੀ ਹਾਲ ਵਾ, ਫਿਰ ਰੋਟੀ ਹਿਸਾਬ ਨਾਲ ਵੀ ਗੁਜ਼ਾਰਾ ਮਸਾਂ ਹੀ ਚੱਲਦਾ ਵਾ। ਨਿੱਕੇ ਨਿੱਕੇ ਬੱਚੇ ਆ, ਛੋਟੇ ਛੋਟੇ 2 ਗੁੱਡੀਆਂ ਵਾ, 1 ਲੜਕਾ ਵਾ, ਤੇ ਕਿਸ ਤਰ੍ਹਾਂ ਗੁਜ਼ਾਰਾ ਇਸ ਪਰਿਵਾਰ ਦਾ ਚੱਲਣਾ ਵਾ? ਕੀ ਨਾਂ ਸੀ ਮ੍ਰਿਤਕ ਦੇ? ਗੁਰਸੇਵਕ ਸਿੰਘ ਸੀ। ਠੀਕ, ਕੁਛ ਵੀ ਹਾਲ ਨਹੀਂ ਗਾ, ਇੱਥੇ ਬੁਰਾ ਹਾਲ ਹੋਇਆ ਪਿਆ ਵਾ ਪਿੰਡ ਦਾ ਹੀ ਸਾਰੇ ਦਾ ਬੁਰਾ। 15 ਦਿਨ ਪਹਿਲਾਂ 1 ਮੌਤ ਹੋਈ ਹੈ ਇਸੇ ਨਸ਼ੇ ਨਾਲ। ਸੁਣਤਾ ਕਿ 5-6 ਮੌਤਾਂ ਹੋਈਆਂ ਜੀ, ਕਿੰਨੇ ਕਿੰਨੇ ਸਮੇਂ ਦੇ? 15 ਦਿਨ ਪਹਿਲਾਂ ਹੋਏ ਆ ਤੇ 5-6 ਮੌਤਾਂ ਇਸ ਪਿੰਡ ਦੇ ਵਿੱਚ ਹੀ ਹਿਸਾਬ ਨਾਲ ਵੀ ਤੁਸੀਂ ਲਾ ਲਓ 6 ਮਹੀਨਿਆਂ ਦੇ ਵਿੱਚ ਹੀ ਹੋ ਗਈਆਂ ਵਾ। ਇਸ ਸੰਬੰਧੀ ਕੋਈ ਨਸ਼ੇ ਦੇ ਨੱਥ ਨਹੀਂ ਪਾਈ ਗਈ ਜੀ? ਕੁਛ ਨੱਥ ਨਹੀਂ ਪਾਈ ਗਈ, ਕੋਈ ਕਿਸੇ ਨਸ਼ੇ ਵਾਲੇ ਨੂੰ ਕੋਈ ਰੋਕ ਨਹੀਂ। ਜਿੱਥੋਂ ਮਰਜ਼ੀ ਜਾਓ 2 ਮਿੰਟਾਂ ਦੇ ਵਿੱਚ ਨਸ਼ਾ ਲੈ ਕੇ ਅਗਲੇ ਆਣ ਕੇ, ਤੇ ਪਤਾ ਹੀ ਉਦੋਂ ਲੱਗਾ ਵਾ ਰਾਤੀ ਤੁਸੀਂ 10 ਮਿੰਟਾਂ ਦੇ ਵਿੱਚ ਰੋਟੀ ਇਸ ਬੰਦੇ ਦੀ ਪੱਕੀ ਪਈ ਰਹਿ ਗਈ ਆ ਮੇਰੇ ਕੋਲ, ਤੇ ਬੰਦਾ ਗਾੜੀ ਮਰਿਆ ਵੇਖ ਲਿਆ ਵਾ। ਜਸਵੀਰ ਸਿੰਘ ਜੀ, ਜਿਹੜੀ ਲੜਕੇ ਦੀ ਡੈਥ ਹੋਈ ਆ ਇੱਥੇ ਪਿੰਡ ਬਰਵਾਲੇ ਦੇ ਵਿੱਚ, ਕਿਸ ਤਰ੍ਹਾਂ ਹੋਈ ਹੈ ਜੀ? ਇਹ ਜੀ, ਲੜਕਾ ਆਪਣੇ ਮੌਜੂਦ ਕੰਮ ਕਰਦਾ ਸੀ ਕਿਸੇ ਜ਼ਿਮੀਂਦਾਰ ਦੇ ਨਾਲ, ਉਹਨਾਂ ਦੀ ਬੰਬੀ 'ਤੇ ਸੀ ਜੀ ਕੰਮ ਕਰਦਾ ਜ਼ਿਮੀਂਦਾਰ ਦਾ। ਇਹ ਪਤਾ ਨਹੀਂ ਲੱਗਾ ਕਿ ਉਹਨੂੰ ਕਿਸ ਹਿਸਾਬ ਨਾਲ, ਕਿਸ ਤਰ੍ਹਾਂ ਡੈਥ ਹੋਈ ਉਹਦੀ, ਸੁਣਨ 'ਚ ਆਇਆ ਕਿ ਨਸ਼ੇ ਨਾਲ ਡੈਥ ਹੋਈ ਉਹਦੀ। ਅੱਜ ਤੋਂ ਪਹਿਲਾਂ ਵੀ ਇੱਥੇ ਮੁੰਡਾ ਇੱਕ ਪਿੰਡ ਬਰਵਾਲੇ ਵਿੱਚ ਮਰਿਆ ਸੀ। ਹਾਂਜੀ, ਪਿੰਡ ਬਰਵਾਲੇ 'ਚ ਮੁੰਡਾ ਅੱਗੇ ਵੀ ਇੱਕ ਜੀ ਇਸੇ ਤਰ੍ਹਾਂ ਹੀ ਇਸੇ ਰਾਹ 'ਤੇ ਇੱਥੇ ਮਰਿਆ ਸੀ। ਸੁਣ 'ਚ ਆਇਆ ਕਿ 6 ਮਹੀਨੇ ਦੇ ਵਿੱਚ ਜਿਹੜੇ 5-6 ਮੁੰਡੇ ਜਿਹੜੇ ਤਾਂ ਟੀਕਾ ਲਾ ਕੇ ਨਸ਼ੇ ਦਾ, ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। 3 ਮੁੰਡੇ ਪੰਜਾਬ ਸਰਕਾਰ ਨੇ ਜਿਹੜਾ ਵਾਅਦਾ ਕੀਤਾ ਸੀ 4 ਹਫ਼ਤੇ ਦੇ ਵਿੱਚ ਨਸ਼ਾ ਮੁਕਤ ਪੰਜਾਬ ਬਣਾਉਣ ਦਾ, ਉਹ ਕਿੰਨੇ ਹੱਦ ਤੱਕ ਕਾਮਯਾਬ ਹੋਇਆ ਜੀ? ਇਹ ਲਗਭਗ ਜੀ 80% 'ਤੇ ਕਾਮਯਾਬ ਆ। ਬਾਕੀ ਇੱਦਾਂ ਜਿਵੇਂ ਆਪਾਂ ਸੁਣਦੇ ਹਾਂ ਜੀ, ਇਹ ਜਿਹੜੇ ਮੁੰਡੇ ਆ ਨਾ ਪਹਿਲਾਂ ਦੇ ਲੱਗੇ ਹੋਏ, 10 ਸਾਲਾਂ ਤੋਂ ਪੁਰਾਣੇ, ਜਿਹੜੀ ਇਹਨਾਂ ਨੂੰ ਮੰਨ ਲਓ ਕਿ ਔਰ ਲੱਗੀ, ਬਿਮਾਰੀ ਲੱਗੀ, ਇੱਕ ਨਸ਼ੇ ਦੀ ਆਦੀ ਆ, ਇਹ ਹਟ ਨਹੀਂ ਸਕਦੇ। ਇਹਨਾਂ ਨੂੰ ਬੜੀ ਵਾਰੀ ਸਮਝਾਇਆ, ਬੜੀ ਵਾਰੀ ਕੀਤਾ, ਕੁਛ ਮੁੰਡੇ ਵੇਚਦੇ ਉਹਨਾਂ 'ਤੇ ਫੜ ਫੜਾ ਕੇ ਪਰਚੇ ਪੁਰਚੇ ਵੀ ਕਰਾਏ, ਪਰ ਹਾਲ ਦੀ ਘੜੀ ਪੂਰਾ ਸੁਧਾਰ ਨਹੀਂ ਹੋਇਆ। 80% ਜਿਹੜਾ ਉਹ ਸੁਧਾਰ ਆ, 20% ਜਿਹੜਾ ਉਹ ਕਿਤੇ ਨਾ ਕਿਤੇ ਆਪਾਂ ਨੂੰ ਲੱਗਦਾ ਨਹੀਂ ਕਿ ਇਹ 'ਚ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਜ਼ਿਆਦਾ ਢਿੱਲ ਹੈ ਜਾਂ ਆਪਣੇ ਪਿੰਡਾਂ ਦੇ ਲੋਕਾਂ ਮੋਹਦਵਾਰਾਂ ਦੀ ਜ਼ਿਆਦਾ ਢਿੱਲ ਹੈ, ਜਿਸ ਕਾਰਨ ਕਰਕੇ ਇਹੋ ਜਿਹੇ ਪਿੰਡਾਂ ਦੇ ਵਿੱਚ ਕੰਮ ਜਿਹੜੇ ਵਾਪਰ ਰਹੇ ਨੇ? ਨਹੀਂ, ਮੋਹਦਪੁਰਾਂ ਦੀ ਕੋਈ ਢਿੱਲ ਨਹੀਂ ਜੀ ਇਹਨਾਂ 'ਚ। ਜਦੋਂ ਸਾਨੂੰ ਪਤਾ ਲੱਗਦਾ ਹੈ ਉਦੋਂ ਮੰਨ ਲਓ ਕਿ ਕਾਰਵਾਈ ਵੀ ਕਰਾਈ, 1-2 ਬੰਦਿਆਂ ਨੇ ਕਰਾਈ ਆ, ਆਪ ਕੋਲ ਖਲੋ ਕੇ ਕਰਾਈ ਆ, ਅਤੇ ਬਾਕੀ MLA ਸਾਹਿਬ ਸਾਡੇ ਜਿਹੜੇ ਆ ਬਹੁਤ ਜ਼ਿਆਦਾ ਇਸ ਗੱਲ ਨੂੰ ਉਤਸ਼ਾਹ ਦਿੰਦੇ ਆ ਕਿ ਇਹਨਾਂ ਨੂੰ ਫੜੋ ਫੜਾਓ, ਜਿਸ ਤਰ੍ਹਾਂ ਵੀ ਹੁੰਦਾ ਕਰੋ, ਇਹਨਾਂ ਨਸ਼ਾ ਬੰਦ ਕਰੋ, ਪਰ ਪ੍ਰਸ਼ਾਸਨ ਨੂੰ ਢਿੱਲਿਆ ਜੀ। ਜਿੱਦਾਂ ਡੈਪੂ ਬਣੇ ਹੁੰਦੇ ਆ ਜੀ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ, ਤੁਹਾਡੇ ਵੀ ਡੈਪੂ ਬਣੇ ਹੋਏ ਨੇ ਜੀ? ਸਾਡੇ ਡੈਪੂ ਬਣੇ ਹੋਏ ਜੀ, ਸਾਡੇ ਡੈਪੂ ਇੱਕ ਆਪਣੇ ਹੈਗੇ ਸੁਭਰਾ ਮੋੜ 'ਤੇ ਜੀ, ਉਹ ਡੈਪੂ ਬਣਿਆ ਹੈ, ਉੱਥੇ ਜਾਂਦੇ ਆ ਮੁੰਡੇ, ਦਵਾ ਦੂ ਲੈਂਦੇ ਆ, ਕੁਛ ਬੰਦੇ ਅਸੀਂ ਦਾਖਲ ਕਰਾਏ ਆ, ਉਹੀ ਦਵਾ ਲੈਣ ਜਾਂਦੇ ਆ। ਤੁਹਾਡੇ ਪਿੰਡ ਡੈਪੋ ਕਮੇਟੀ ਦੇ ਮੈਂਬਰ ਵੀ ਕੁਝ ਹੋਣਗੇ? ਹਾਂਜੀ, ਡੈਪੋ ਕਮੇਟੀ ਦੇ ਮੈਂਬਰ ਵੀ ਹੈਗੇ ਜੀ। ਉਹ ਵੀ ਕੁਛ ਨਹੀਂ ਕਰ ਰਹੇ ਜੀ? ਨਹੀਂ, ਕਰਦੇ ਆ ਜੀ, ਕਰਦੇ, ਜਿੱਥੇ ਪਤਾ ਲੱਗਦਾ ਕਰਦੇ ਆ ਜੀ, ਇਹ ਨਹੀਂ ਕਿ ਨਹੀਂ ਕਰਦੇ, ਕਰਦੇ ਆ, ਪਰ ਉਹਨਾਂ ਦੇ ਬਾਵਜੂਦ ਵੀ ਜਿਹੜੇ ਨਸ਼ੇ ਦੇ ਆਦੀ ਆ ਨਾ, 10 ਸਾਲ ਪੁਰਾਣੇ 15 ਸਾਲ ਪੁਰਾਣੇ ਇਹਨਾਂ ਨੂੰ ਬੰਦੇ ਆਦੀ ਆ ਨਸ਼ੇ ਦੇ, ਉਹ ਮੰਨ ਲਓ ਆਪਦੇ ਮਨ ਨੂੰ ਸਮਝਾ ਨਹੀਂ ਸਕਦੇ।
ਕੁਛ ਕਰ ਨਹੀਂ ਸਕਦੇ ਜਿੱਦਾਂ ਤੁਹਾਡੇ ਡੈਪੋ ਉਹਨਾਂ ਨੂੰ ਸਮਝਾਉਂਦੇ ਨਹੀਂ ਆ ਕਿ ਅਸੀਂ ਐਡਮਿਟ ਹੋ ਹੋਸਪਿਟਲ ਦੇ ਵਿੱਚ ਜਿਹੜੇ ਆ ਸਰਕਾਰੀ ਉਹਨਾਂ ਦਾ ਇਲਾਜ ਫ੍ਰੀ ਕੀਤਾ ਜਾਂਦਾ ਨਸ਼ਾ ਛਡਾਊ ਕੇਂਦਰ ਜਿਹੜੇ ਬਣਾਏ ਗਏ ਨੇ ਜੀ ਤੁਸੀਂ ਇਹਨਾਂ ਨੂੰ ਜਿਹੜੇ ਡੈਪੋ ਬਣੇ ਜਾਂ ਤੁਸੀਂ ਉਹਨਾਂ ਨੂੰ ਸਿੱਧੀ ਰਾਤ ਲੈਣ 'ਤੇ ਨਹੀਂ ਲੈ ਕੇ ਜਾਂਦੇ ਸਮਝਾਉਂਦੇ ਨਹੀਂ ਜੀ ਕਿ ਜਿਹੜਾ ਮਤਲਬ ਨਸ਼ਾ ਛਡਾਊ ਕੇਂਦਰ ਬਣੇ ਸਰਕਾਰੀ ਹੋਸਪਿਟਲਾਂ ਦੇ ਵਿੱਚ ਉਹਨਾਂ ਦਾ ਫ੍ਰੀ ਇਲਾਜ ਕੀਤਾ ਜਾਂਦਾ ਹਾਂਜੀ ਫ੍ਰੀ ਇਲਾਜ ਕੀਤਾ ਜਾਂਦਾ ਉਹਨਾਂ ਦਾ ਉਹ ਜਾਣੇ ਸਮਝਾਉਣੇ ਵੀ ਉਹਨਾਂ ਨੂੰ ਪ੍ਰਸ਼ਾਸਨ ਵੀ ਮਦਦ ਕਰਦਾ ਕੋਈ ਢਿੱਲ ਨਹੀਂ ਕਰਦੇ ਪਰ ਇਹ ਉਹਨਾਂ ਦੇ ਜਿਹੜੇ ਉਹ ਮੁੰਡੇ ਜਾਂਦੇ ਆ ਕੁਛ ਬਚੇ ਵੀ ਆ ਜੀ ਸਾਰੇ ਨਹੀਂ ਕੁਛ ਬਚੇ ਵੀ ਆ ਮੁੰਡੇ ਜਿਹੜੇ ਦੋ ਚਾਰ ਪੰਜ ਸੱਤ ਹੈਗੇ ਆ ਜੀ ਉਹਨਾਂ ਨੂੰ ਹੌਲੀ ਹੌਲੀ ਅਸੀਂ ਜਿਹੜਾ ਮਤਲਬ ਸਾਰਿਆਂ ਨੂੰ ਸਮਝਾਉਂਦੇ ਹਾਂ ਇਹਨਾਂ ਬੰਦਿਆਂ ਨੂੰ ਸਮਝਾਉਂਦੇ ਪਰ ਇਹ ਜਿਹੜੇ ਪੱਕੇ ਆਦਿ 10 ਸਾਲ 15 ਸਾਲ ਪੁਰਾਣੇ